सदर खाऊं नहीं उपजे है। सात अति पई हरियावली जिसे मेरा सदगुरु कहता है। सुखदाता है बंजनू जिसका कह कर अरदास, मेहर करे जिस मेहरवान का पाय अमरदास राम दस है। अर्जन भागो तेजनो सिमरो श्री हर राय श्री हर कृष्ण के आई है जिसका सब दुख है। तेग बहादुर सिंह हर नंद आवै दसम पातशाह गुरु गोबिंद सिंह सब थाई भले सहाय। धन धन श्री गुरु ग्रंथ साहब जी और आप जी महिमा कही न जाए। धन धन श्री सतगुरु भगत सिंह जी सिमरी है जिन धर्म का मार्ग किया जाता है। धन धन श्री सतगुरु संत साहब जी श्री सतगुरु राम सिंह जी जिन्हों नाम दिया जाता है। धन धन श्री सतगुरु नारायण दास जी जिन जन्म तो लिया चढ़ाए। धन धन श्री सतगुरु साधु राम जी जिन चरणी लिया लगाए। धन धन श्री सतगुरु भगवान दास जी जो अंत भलेसा आए। धन धन श्री सतगुरु सेवा राम जी जो पांग सांग भलेसा आए। आंदर जानी सतगुरु जी हाजरा हजूर हो जाया जरूर हो सर्व करा भरपूर हो ने माया दे मान जिन्हों जिन्हों को प्यार अर्पण होया है।
ਸਾਨੂੰ ਦੇ ਨਾਮ ਆਪ ਜਾਣ ਜਾਣ ਸਤਿਗੁਰੂ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸਰਬੋ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਗ੍ਰਸਤ ਜੀਵਨ ਹੈ ਸਾਰਿਆਂ ਦਾ ਹੱਥ ਜੁੜੇ ਹਨ ਆਪ ਜੀ ਦੇ ਹਰ ਗੁਰੂ ਸਾਰਿਆਂ ਦੇ ਸਮੂਹ ਸੰਗਤਾਂ ਦੇ ਹਿਰਦੇ ਦਾ ਜੋ ਜੋ ਵੀ ਅਰਦਾਸਾਂ ਬੇਨਤੀਆਂ ਸੱਚੇ ਪਾਤਸ਼ਾਹ ਸਭ ਸੇ ਦੀਆਂ ਅਰਦਾਸਾਂ ਪ੍ਰਵਾਨ ਕਰਨੀਆਂ ਸਭ ਸੇ ਨੂੰ ਬੇਫਿਕਰਾ ਰੱਖਣਾ ਸੱਚੇ ਪਾਤਸ਼ਾਹ ਜੀ ਨੂੰ ਤੇ ਸਾਧਨਾ ਦਿਵਸ ਨੂੰ ਮੁੱਖ ਰੱਖਦੇ ਹਾਂ ਸੱਚੇ ਪਾਤਸ਼ਾਹ ਸੰਗਤਾਂ ਵੱਲੋਂ 194 ਜਪਜੀ ਸਾਹਿਬ ਦੇ ਪਾਠ 88 ਰੁਪਾਨੀ ਸਾਹਿਬ ਸੁਖਮਨੀ ਸਾਹਿਬ ਦੇ 67 ਚੌਬਾਈ ਸਾਹਿਬ 22 ਸ਼ਬਦ ਹਜ਼ਾਰੇ 42 ਪੋਥੀ ਸਾਹਿਬ 2 ਮੂਲ ਮੰਤਰ 237 ਔ ਪੌੜੀ 200 ਔਕੀ ਪੜੀ ਪੌੜੀ 200 ਗੁਰੂ ਦੇ 53,000 ਪਾਠਾਂ ਦੀ ਅਰਦਾਸ ਬੇਨਤੀ ਵੀ ਹੋ ਰਹੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ ਬਖਸ਼ਿਸ਼ ਕਰਨੀ ਰਹਿਣਾ ਕਰਨੀ ਬਾਣੀ ਦਾ ਚਾਨਣ ਸਾਡੇ ਹਿਰਦੇ ਦਾ ਹੋਵੇ ਸਾਡਾ ਅਮਲੀ ਜੀਵਨ ਹੋਵੇ ਸਾਰਥਿਕਤਾ ਨੂੰ ਪ੍ਰੈਕਟੀਕਲ ਜੀਵਨ ਬਖਸ਼ਿਸ਼ ਕਰਨਾ ਆਮਨ ਕਰਿਆ ਜਾਣਾ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਕੀਰਤਨ ਦੀਆਂ ਦਾਤਾਂ ਸੇਵਾ ਦੀ ਦਾਤਾਂ ਝੋਲੀ ਕਰ ਪਾਉਣੀਆਂ ਸੱਚੇ ਪਾਤਸ਼ਾਹ ਜੀ ਨੇਰਵ ਤੋਂ ਨਰੇ ਡਾਂਗਰ ਦੀ ਆਪਣੀ ਰੱਚੀ ਰਚਨਾ ਨਾਲ ਤੇ ਬੱਚਾ ਅਸਲੀ ਨਾਲ ਸਰਪੁੱਤਰ ਸ੍ਰੀ ਇਤਨਾ ਕੰਮ ਉੱਤਰ ਪਾਂਚੀ ਨਿਵਾਸੀ ਦਰਮਿਆਨ 3 ਅਕਤੂਬਰ ਨੂੰ ਹੋਇਆ ਹੈ ਦਰਸਾਂ ਦੇ ਉੱਤਰ ਕਰੇ ਆਰਿਆ ਸਵਾਮਾ ਸੀਮਾ ਅਹੁਜਾ ਮੇਰਠ ਨੂੰ ਦੇ ਉੱਤਰ ਦੇ ਰਾਸਾਂ ਬੇਨਤੀਆਂ ਕਰਨ ਉੱਤਿਆਂ ਤੋਂ ਬਿਨੀਆਂ ਕਰੀਆਂ ਮੀਤਿਕਾ ਲੋਮਾਨੀ ਮੇਰਠ ਵੱਲੋਂ ਉੱਤੇ ਪਾਤਸ਼ਾਹ ਪੋਥੀ ਸਾਹਿਬ ਤੋਂ 2100 ਗੁਰੂ ਦੇ ਪਾਠਾਂ ਦੀ ਅਰਦਾਸ ਬੇਨਤੀ ਹੋ ਰਹੀ ਹੈ ਪਰ ਸੋਲੀ ਨਾਲ ਮਾਰਨ ਲਈ ਸੋਲਨ ਤੋਂ ਦਰਸਾਂ ਬੇਨਤੀਆਂ ਕਰਨ ਸੇ ਪੁੱਛੀ ਰੀਨਾ ਰਾਵਤ ਦੇ ਰੂਪਾ ਵਸ਼ੀਆਂ ਨੇ ਸ਼੍ਰੀ ਰਾਜ ਚਾਵਲ ਔਰ ਰਾਤਾਂ ਬੇਨਤੀਆਂ ਹੋ ਜਨ ਪ੍ਰਾਪਤ ਕੀਤਾ ਹੈ ਆਪ ਅੰਦਰ ਜਾਣੀ ਸਾਜੋ ਕਿਰਪਾ ਕਰੀ ਜੋ ਮੰਗ ਲੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਰਹਿ ਨਾਨਕ ਦਾਸ ਮੁਖ ਦੇ ਜੋ ਬੋਲੇ ਸਭ ਸੇ ਦੀਆਂ ਦਾਸਾਂ ਪ੍ਰਵਾਨ ਕਰਨੀਆਂ ਖੁਸ਼ੀਆਂ ਬਖਸ਼ੀਆਂ ਦੇ ਸਾਥ ਦਿੱਤਾ ਜੋ ਸ਼ਾਮ ਨੂੰ ਜੰਗਲ ਪਹੁੰਚ ਲਿਖੇ ਸੰਗਤਾਂ ਦਰਸ਼ਨ ਦਿਦਾਰੇ ਕਰਨ ਆਪ ਜਿਹੜੇ ਪਾਤਸ਼ਾਹ ਆਪਣੇ ਮਨ ਦੀਆਂ ਵਿਰਥਾ ਰੱਖ ਕੇ ਆਪ ਜੀ ਨੂੰ ਖੁਸ਼ੀਆਂ ਪ੍ਰਾਪਤ ਕਰਨ ਸੁਖਨਾ ਵਾਸੀ ਹੋਏ ਪ੍ਰਤੀ ਕਿਰਪਾ ਕਰੀ ਸੱਚੇ ਪਾਤਸ਼ਾਹ ਦੋਏ ਦੋਏ ਲੋਚਨ ਦੇਖਾ ਵਾਹਿਗੁਰੂ ਆਓ ਨਾ ਦੇਖਾ ਸਾਡੇ ਸਾਰਿਆਂ ਦੀ ਅਵਸਥਾ ਇਹ ਬਣਾਈ ਸੱਚੇ ਪਾਤਸ਼ਾਹ ਸ਼ੁਭ ਚਿੰਤਨ ਗੋਬਿੰਦਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੈ ਇੱਕ ਘੜੀ ਕਰ ਕਿਰਪਾ ਭਗਵੰਤ ਆਪ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਉਹਨਾਂ ਤੋਂ ਦੂਰ ਰਹੀਏ ਕਿਹੜਾ ਸਹਿਜ ਅਵਸਥਾ ਹੋਵੇ ਖੁਸ਼ੀਆਂ ਦੀ ਅਵਸਥਾ ਹੋਵੇ ਸੱਚੇ ਪਾਤਸ਼ਾਹ ਮਨ ਨੀਵਾ ਹੋਵੇ ਮਤ ਸੁੱਚੀ ਹੋਵੇ ਮਤ ਪਾਤਾ ਰਾਖਾ ਆਪ ਹੋਣਾ ਕਾਲ ਗੁਰੂ ਸਤਿਗੁਰੂ ਜੀਓ ਆਉਣੇ ਵਾਲੇ ਰੋਗ ਤੋਂ ਦੂਰ ਰੱਖਣਾ ਸੱਚੇ ਪਾਤਸ਼ਾਹ ਅਰਦਾਸਾਂ ਪ੍ਰਵਾਨ ਕਰੋ ਕੜਾ ਪ੍ਰਸ਼ਾਦੀਆਂ ਦੇਵਾਂ ਹਾਜ਼ਰ ਨਾਲ ਜੀ ਦਾ ਪ੍ਰਮਾਣ ਹੋਵੇ ਪ੍ਰਮਾਣ ਹੋਇਆ ਪ੍ਰਸਾਦ ਆਏ ਹੀ ਸਾਧ ਸੰਗਤ ਦੇ ਵਰਤਾਉਣ ਦੀ ਆ ਗਿਆ ਉਸ ਨੂੰ ਹੁਕਮਨਾਮਾ ਉਸ ਦੀ ਸੇਹੀ ਗੁਰਮੁਖ ਪਿਆਰ